ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ। ਅੱਜ ਮੇਰੇ ਨਾਲ ਮੌਜੂਦ ਨੇ ਪਲੈਨਟ ਬੋਲਸ ਤੋਂ ਜਸਲੀਨ ਜੀ। ਪਹਿਲੇ ਸਵਾਗਤ ਕਰਦੀ ਉਹਨਾਂ ਦਾ, ਜਸਲੀਨ ਬਹੁਤ ਸਵਾਗਤ। ਧੰਨਵਾਦ ਜੀ। ਸੋ ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਤਾ ਹੈ ਵੀ ਅਸੀਂ ਹਰ ਰੋਜ਼ ਸਟੂਡੈਂਟ ਵੀਜ਼ਾ ਸੰਬੰਧੀ ਕੁਐਰੀਜ਼ ਲੈ ਕੇ ਆਉਂਦੇ ਹਾਂ। ਅੱਜ ਵੀ ਟੌਪਿਕ ਜਿਹੜਾ ਰਹੇਗਾ ਉਹਦੇ 'ਚ ਵਿਦ ਆਇਲਸ ਅਤੇ ਵਿਦਆਊਟ ਆਇਲਸ ਜਾਂ ਘੱਟ ਬੈਂਡ ਵਾਲੇ ਸਾਰੇ ਬੱਚਿਆਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਡੈਸਟੀਨੇਸ਼ਨ, ਉਹਨਾਂ ਦੀ ਰਿਕੁਆਇਰਮੈਂਟਸ ਦੱਸਣ ਦੀ ਕੋਸ਼ਿਸ਼ ਜਿਹੜੀ ਸਾਡੀ ਜਾਰੀ ਰਹੇਗੀ। ਕੋਈ ਮਨ ਦੇ ਵਿੱਚ ਸਵਾਲ ਰਹਿ ਜਾਂਦਾ ਜਿਹੜਾ ਅਸੀਂ ਨਹੀਂ ਸਾਂਝਾ ਕਰ ਪਾ ਰਹੇ, ਡਾਇਰੈਕਟ ਵੀ ਪਲੈਨਟ ਬੋਲਸ ਤੱਕ ਫਰੀ ਆਫ ਕੋਸਟ ਕਾਉਂਸਲਿੰਗ ਸੰਬੰਧੀ ਆਪਣਾ ਰਾਬਤਾ ਜਿਹੜਾ ਉਹ ਕਾਇਮ ਕੀਤਾ ਜਾ ਸਕਦਾ। ਸ਼ੁਰੂਆਤ ਕਰਨਾ ਚਾਹੁੰਦਾ ਹੈ ਕੈਨੇਡਾ ਤੋਂ। ਕੈਨੇਡਾ ਇਸ ਟਾਈਮ ਕਾਫੀ ਜਿਹੜਾ ਹੌਟ ਜਿਹੜਾ ਡਿਸਕਸ਼ਨ ਦਾ ਮੁੱਦਾ ਬਣਿਆ ਹੋਇਆ, ਕਿਉਂਕਿ ਜੋ ਕੁਛ ਆਸਟ੍ਰੇਲੀਆ ਦੇ ਵਿੱਚ ਹੋਇਆ ਬਹੁਤ ਸੁਣਨ ਦੇ ਵਿੱਚ ਆ ਰਿਹਾ, ਸ਼ਾਇਦ ਕੈਨੇਡਾ ਵੀ ਉਹਨੂੰ ਇੰਪਲੀਮੈਂਟ ਕਰੇਗਾ। ਕੀ ਹਾਲੇ ਤੱਕ ਫਿਲਹਾਲ ਇਹ ਸਿਰਫ ਮੈਂ ਮੇਰੇ ਖਿਆਲ ਜਸਲੀਨ ਖਬਰਾਂ ਵਜੋਂ ਹੀ ਸਾਹਮਣੇ ਆ ਰਿਹਾ, ਇੰਪਲੀਮੈਂਟੇਸ਼ਨ ਜਾਂ ਕੁਛ ਵੀ ਐਸੀ ਨਿਊਜ਼ ਤਾਂ ਨਹੀਂ ਹੈ? ਪਹਿਲਾਂ ਮੇਰੇ ਜਿੰਨੇ ਵੀ ਦਰਸ਼ਕ ਇਹ ਪ੍ਰੋਗਰਾਮ ਵੇਖ ਰਹੇ ਨੇ ਉਹਨਾਂ ਨੂੰ ਵੀ ਸਾਖੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਅਤੇ ਨਾਲ ਹੀ ਮੈਂ ਕਹਾਂਗੀ ਜਿਹੜਾ ਇਹ ਨਵਾਂ ਸਾਲ ਹੈ ਇਹ ਤੁਹਾਡੇ ਲਈ ਬਹੁਤ ਸਾਰੀ ਖੁਸ਼ੀਆਂ ਲੈ ਕੇ ਆਉਣ, ਵੀਜ਼ੇ ਲੈ ਕੇ ਆਉਣ, ਅਤੇ ਨਾਲ ਜਿਵੇਂ ਅਸੀਂ ਕੈਨੇਡਾ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਕੈਨੇਡਾ ਇਸ ਟਾਈਮ 'ਤੇ ਬਹੁਤ ਵਧੀਆ ਚੱਲ ਰਿਹਾ, ਵੀਜ਼ਾਜ਼ ਆ ਰਹੇ ਨੇ, ਜਨਰਲ ਕੈਟੇਗਰੀ ਜਿਹੜੀ ਹੈਗੀ ਆ ਉਹਦੇ ਵਿੱਚ ਕਾਫੀ ਵਧੀਆ ਰਿਜ਼ਲਟ ਆ ਰਹੇ ਨੇ ਇਸ ਟਾਈਮ 'ਤੇ, ਅਤੇ ਐਸ ਪੀ ਪੀ ਕੈਟੇਗਰੀ 'ਚ ਵੀ ਵੀਜ਼ਾਜ਼ ਆ ਰਹੇ ਨੇ, ਦੋਨੋਂ ਹੀ ਕੈਟੇਗਰੀ ਪੋਜ਼ਿਟਿਵ ਅਤੇ ਨੈਗੇਟਿਵ ਰਿਜ਼ਲਟ ਹੈਗੇ ਨੇ। ਅਤੇ ਇਹਦਾ ਇੰਪੈਕਟ ਕੀ ਦੇਖਦੇ ਹੋ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋਇਆ ਉਸ ਚੀਜ਼ ਦਾ? ਆਸਟ੍ਰੇਲੀਆ ਦੇਖੋ ਹਰ ਕੰਟਰੀ ਕੋਈ ਨਾ ਕੋਈ ਇੱਕ ਰੂਲ ਕੱਢਦਾ ਹੁੰਦਾ, ਅਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਕੰਟਰੀ ਜਿਹੜੀ ਜਿਹਦਾ ਵੀ ਕੋਈ ਰੂਲ ਨਿਕਲਦਾ ਹੈ ਨਵਾਂ ਜਾਂ ਸਟ੍ਰਿਕਟ ਹੁੰਦੀ ਹੈ ਕੰਟਰੀ, ਉਹਦਾ ਦੂਜਾ ਜਿਹੜਾ ਇੰਪੈਕਟ ਦੂਜੀ ਕੰਟਰੀਆਂ ਦੇ ਪੈਣ, ਕਿਉਂਕਿ ਅਗਰ ਐਗਜ਼ਾਮਪਲ ਲੈਂਦੀ ਹਾਂ ਜਿਵੇਂ ਕੈਨੇਡਾ ਵਿੱਚ 6 ਬੈਂਡ ਹੈਗੇ ਨੇ, ਅਤੇ ਜ਼ਰੂਰੀ ਨਹੀਂ ਅਗਰ ਉਹ ਕੈਨੇਡਾ ਬੈਂਡਸ ਘੱਟ ਕਰ ਰਿਹਾ 5.5 ਹੈਗੇ ਨੇ, ਅਤੇ ਉਹਦਾ ਜਿਹੜਾ ਇੰਪੈਕਟ ਉਹ ਸਿੰਗਾਪੁਰ ਜਾਂ ਸਾਈਪ੍ਰਸ ਕੰਟਰੀ ਵਿੱਚ ਪਏਗਾ। ਹਰ ਕੰਟਰੀ ਦੇ ਇੱਕ ਆਪਣੇ ਰੂਲਸ ਹੈਗੇ ਨੇ, ਅਤੇ ਆਸਟ੍ਰੇਲੀਆ ਵਿੱਚ ਕੁਛ ਜਿਹੜੇ ਮੈਂ ਕਹਾਂਗੀ ਕਿ ਹਾਂਜੀ ਉੱਪਰ ਨੀਚੇ ਹੋਏ ਨੇ ਰੂਲਸ, ਅਤੇ ਮੈਂ ਕਿਤੇ ਨਾ ਕਹਾਂਗੀ ਕਿ ਦੇਖੋ ਕੈਨੇਡਾ ਵਿੱਚ ਇਸ ਸਮੇਂ ਬਹੁਤ ਵਧੀਆ ਚੱਲ ਰਿਹਾ, ਸੋਫਟ ਰੂਲਸ ਨਾਲ ਚੱਲ ਰਿਹਾ, ਜਨਰਲ ਕੈਟੇਗਰੀ ਵਿੱਚ 5.5 ਬੈਂਡ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ, ਪਰ ਤੁਸੀਂ ਅੱਗੇ ਰੂਲ ਜਿਹੜੇ ਸਟ੍ਰਿਕਟ ਹੋਣ ਦੀ ਵੇਟ ਨਾ ਕਰੋ, ਜਲਦ ਤੋਂ ਜਲਦ ਅਪਲਾਈ ਕਰੋ ਤਾਂ ਕਿ ਸੋਫਟ ਰੂਲਸ ਨਾਲ ਤੁਸੀਂ ਜਿਹੜਾ ਵੀਜ਼ਾ ਪਾ ਸਕੋ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਦੇਖੋ ਕੰਟਰੀਜ਼ ਜਿਹੜੀਆਂ ਹੈਗੇ ਨੇ ਅਗਰ ਪਿਛਲੇ ਟਾਈਮ ਦੇ ਅਗਰ ਅਸੀਂ ਵੇਖਦੇ ਹਾਂ ਤਾਂ ਕਿਤੇ ਹਰ ਕੰਟਰੀ ਸਟ੍ਰਿਕਟ ਹੋਈ ਹੈ, ਅਤੇ ਅੱਗੇ ਵੀ ਸਟ੍ਰਿਕਟ ਹੁੰਦੀਆਂ ਰਹਿਣਗੀਆਂ, ਚੇਂਜਿਸ ਆਉਂਦੀਆਂ ਰਹਿੰਦੀਆਂ ਨੇ, ਚੇਂਜਿਸ ਆਉਂਦੀਆਂ ਰਹਿਣਗੀਆਂ, ਕਿਉਂਕਿ ਕਿਤੇ ਨਾ ਕਿਤੇ ਪਹਿਲਾਂ ਜਨਰਲ ਕੈਟੇਗਰੀ ਹੁੰਦੀ ਸੀ ਕੈਨੇਡਾ ਵਿੱਚ, ਸਿਰਫ ਜਨਰਲ ਵਿੱਚ ਹੀ ਵੀਜ਼ਾ ਜ਼ਾਰੋ ਹੁੰਦੇ ਸੀਗੇ, ਅਤੇ ਉਸ ਤੋਂ ਬਾਅਦ ਐਸ ਪੀ ਪੀ ਕੈਟੇਗਰੀ ਆਈ, ਅਤੇ ਹੁਣ ਦੋਨੋਂ ਕੈਟੇਗਰੀਜ਼ ਨੇ, ਐਸ ਪੀ ਪੀ ਕੈਟੇਗਰੀ ਵੀ ਹੈ ਅਤੇ ਜਨਰਲ ਵੀ ਹੈਗੀ ਹੈ। ਐਸ ਪੀ ਪੀ ਦੇ ਵਿੱਚ ਤੁਹਾਨੂੰ 6 ਬੈਂਡ ਚਾਹੀਦੇ ਨੇ, 6 ਬੈਂਡ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ, ਪਲੱਸ ਸਿਰਫ ਆਈਲੈਸ ਬੈਂਡ ਜਿਹੜਾ ਹੈਗਾ ਉਹ ਮੈਟਰ ਨਹੀਂ ਕਰਦੇ, ਇਹਦੇ ਵਿੱਚ ਗੈਪ ਵੀ ਨਹੀਂ ਹੋਣਾ ਚਾਹੀਦਾ ਤੁਹਾਡਾ, ਅਤੇ ਜਨਰਲ ਕੈਟੇਗਰੀ ਵਿੱਚ ਤੁਹਾਨੂੰ ਤੁਸੀਂ 5.5 ਨਾਲ ਅਪਲਾਈ ਕਰ ਸਕਦੇ ਹੋ, ਇੱਕ ਦੋ ਗੈਪ 2 ਸਾਲ ਦਾ ਗੈਪ ਜਿਹੜਾ ਹੈਗਾ ਉਹ ਅਸੈਪਟੇਬਲ ਹੈਗਾ, ਅਤੇ ਨਾਲ ਹੀ ਬਹੁਤ ਈਜ਼ੀ ਫੰਡਸ ਨਾਲ ਤੁਸੀਂ ਆਪਣੀ ਜਿਹੜੀ ਫਾਈਲ ਲਾ ਸਕਦੇ ਹੋ। ਇਹ ਜ਼ਰੂਰ ਹੈ ਕਿ ਇੱਕ ਐਕਸਪੀਰੀਅੰਸ ਕੰਸਲਟੈਂਟ ਕੋਲ ਫਾਈਲ ਲਾਉਣੀ ਜ਼ਰੂਰੀ ਹੈ, ਬਿਕੋਜ਼ ਇਹਦੇ ਵਿੱਚ ਜਿਹੜੇ ਡਾਕੂਮੈਂਟੇਸ਼ਨ ਹੈਗੇ ਨੇ ਉਹ ਤੁਹਾਡੇ ਟੈਕਨੀਕਲ ਤਰੀਕੇ ਨਾਲ ਲੱਗਣ ਵਾਲੇ ਹੈਗੇ ਨੇ, ਜਿਹਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇੱਕ ਵੱਡੀ ਫਾਈਲ ਮਤਲਬ ਕਿ ਜੋ ਵੀ ਤੁਸੀਂ ਡਿਟੇਲ ਦਿੰਦੇ ਹੋ ਐਸਪੀਪੀ ਦੇ ਵਿੱਚ, ਉਹਦੇ ਸਾਰੇ ਪ੍ਰੂਫ ਜਿਹੜਾ ਹੈਗਾ ਜਨਰਲ ਦੇ ਵਿੱਚ ਲੱਗਦੇ ਹੀ ਲੱਗਦੇ ਆ। ਪਲੈਨਟ ਬੋਲਸ ਦੋਨਾਂ ਦੇ ਵਿੱਚ ਸਰਵਿਸਿਜ਼ ਦਿੰਦਾ, ਐਸਪੀਪੀ ਤੇ ਨਾਨ ਐਸਪੀਪੀ? ਹਾਂਜੀ, ਦੋਨੋਂ ਕੈਟੇਗਰੀ ਵਿੱਚ ਸਰਵਿਸ ਦਿੰਦਾ। ਜਦੋਂ ਇੱਕ ਬੱਚਾ ਸਾਡੇ ਕੋਲ ਐਪਲੀਕੈਂਟ ਆਉਂਦਾ ਤੇ ਅਸੀਂ ਵੇਖਦੇ ਹਾਂ ਕਿ ਬੱਚੇ ਦਾ ਜਿਹੜਾ ਪ੍ਰੋਫਾਈਲ ਹੈਗਾ ਉਹ ਕਿਹੜੀ ਕੈਟੇਗਰੀ ਲਈ ਜਿਹੜਾ ਹੈਗਾ ਮੈਚ ਹੋ ਰਿਹਾ। ਅਗਰ ਸਾਨੂੰ ਲੱਗਦਾ ਕਿ ਉਹ ਐਸਪੀਪੀ ਲਈ ਨਹੀਂ ਹੋ ਰਿਹਾ, ਜਨਰਲ ਦੇ ਲਈ ਵੀ ਨਹੀਂ ਹੋ ਰਿਹਾ, ਤੇ ਅੱਗੇ ਨੂੰ ਜਿਹੜੀ ਕੰਟਰੀ ਲਈ ਹੋ ਰਿਹਾ ਉਹਦੇ ਬਾਰੇ ਦੱਸਿਆ ਜਾਂਦਾ, ਬਿਕੋਜ਼ ਸਾਨੂੰ ਵੀ ਤਾਂ ਹੀ ਬੈਨੀਫਿਟ ਹੈ ਅਗਰ ਤੁਹਾਡਾ ਵੀਜ਼ਾ ਆਏਗਾ, ਸਾਡੇ ਵੀ ਰੈਪੁਟੇਸ਼ਨ ਜਿਹੜੀ ਹੈਗੀ ਆ ਉਹ ਵੀਜ਼ਾ 'ਤੇ ਡਿਪੈਂਡ ਹੈਗੀ ਹੈ। ਬਿਲਕੁਲ, ਇਹ ਕਾਫੀ ਕੁਐਰੀਜ਼ ਰਹਿੰਦੀ ਹੈ ਕਈਆਂ ਦੀਆਂ ਵੀ ਪਤਾ ਨਹੀਂ ਜਨਰਲ ਦੇ ਵਿੱਚ ਵੀਜ਼ਾਜ਼ ਨਹੀਂ ਆਉਂਦੇ, ਬਟ ਕਾਫੀ ਵਾਰੀ ਪਲੈਨਟ ਬੋਲਸ ਵੱਲੋਂ ਵੀਜ਼ਾਜ਼ ਦਿਖਾਏ ਵੀ ਗਏ ਨੇ, ਬੱਚੇ ਵੀ ਮਿਲਾਏ ਗਏ ਜਿਨ੍ਹਾਂ ਦਾ ਜਨਰਲ ਕੈਟਾਗਰੀ 'ਚ ਵੀਜ਼ਾ ਆਏ ਨੇ। ਅੱਗੋਂ ਵੀ ਮੈਂ ਜ਼ਰੂਰ ਚਾਹੂੰਗਾ ਜਦੋਂ ਵੀ ਨੈਕਸਟ ਸ਼ੋਅ ਦੇ ਵਿੱਚ ਜਸਲੀਨ ਜੀ ਸਾਡੇ ਨਾਲ ਹਾਜ਼ਰ ਹੋਣ, ਅਤੇ ਜ਼ਰੂਰ ਵੀਜ਼ਾਜ਼ ਵੀ ਲੈ ਕੇ ਆਉਣ ਤਾਂ ਕਿ ਜਿਹੜੀ ਐਸੀ ਇਨਫੋਰਮੇਸ਼ਨ ਬੱਚਿਆਂ ਤੱਕ ਪਹੁੰਚਦੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਡਾਊਟ ਕਲੀਅਰ ਹੋ ਪਾਵੇ। ਬਿਲਕੁਲ ਬਿਲਕੁਲ, ਕਿਉਂਕਿ ਪਹਿਲਾਂ ਅਸੀਂ ਸਟੂਡੈਂਟਸ ਤੋਂ ਵੀ ਲੈ ਕੇ ਆਏ ਹਾਂ, ਕਿਤੇ ਤੱਕ ਸਟੂਡੈਂਟਸ ਦੀ ਡਿਮਾਂਡ ਸੀ ਕਿ ਜਿਨ੍ਹਾਂ ਬੱਚਿਆਂ ਦੇ ਵੀਜ਼ਾਜ਼ ਆਉਂਦੇ ਨੇ ਉਹਨਾਂ ਨੂੰ ਸ਼ੋਅ ਦੇ ਵਿੱਚ ਲੈ ਕੇ ਆਓ, ਅਸੀਂ ਲੈ ਕੇ ਆਏ ਹਾਂ। ਜਿਸਨੇ ਤੁਹਾਡੇ ਤੱਕ ਵੀ ਕੁਐਰੀਜ਼ ਕਰਦੇ ਹੋਣੇ ਬੱਚੇ ਜਾਂ ਪੇਰੈਂਟਸ ਜਦੋਂ ਆਉਂਦੇ ਨੇ ਵੀ ਸਾਨੂੰ ਕਿਸੇ ਨੇ ਕਿਹਾ ਜੀ ਜਨਰਲ ਦੇ ਵਿੱਚ ਵੀਜ਼ਾ ਸਕਸੈਸ ਰੇਟ ਘੱਟ ਹੈ, ਅਪਲਾਈ ਨਹੀਂ ਕਰਨਾ ਚਾਹੀਦਾ, ਸੋ ਐਸੀਆਂ ਆਉਂਦੀਆਂ ਕੁਐਰੀਜ਼? ਸਰ ਦੇਖੋ, ਐਪਲੀਕੈਂਟਸ ਜਿਹੜੇ ਹੈਗੇ ਨੇ ਕਿਤੇ ਤੱਕ ਕਿਸੇ ਵੀ ਕੰਟਰੀ ਲਈ ਆਉਂਦੇ ਆ, ਤੇ 1% ਡਾਊਟ ਜ਼ਰੂਰ ਹੁੰਦਾ ਕਿ ਵੀਜ਼ਾ ਆਏਗਾ। ਐਪਲੀਕੈਂਟ ਕੀ ਚਾਹੁੰਦਾ ਹੁੰਦਾ ਕਿ ਸਾਡੇ ਵੱਲੋਂ ਉਹਨਾਂ ਨੂੰ 100% ਸ਼ੋਰਿਟੀ ਮਿਲੇ, ਜੋ ਕਿ ਮੈਂ ਹਮੇਸ਼ਾ ਕਲੀਅਰ ਕਰਦੀ ਹਾਂ ਕਿ ਦੇਖੋ ਜਿਹੜੀ ਵੀਜ਼ਾ ਹੈਗਾ ਉਹ ਇੰਬੈਸੀ ਆਫਿਸਰ ਨੇ ਦੇਣਾ, ਸਾਡੇ ਵੱਲੋਂ ਤੁਹਾਡੀ ਫਾਈਲ ਜਿਹੜੀ ਹੈਗੀ ਆ ਉਹ 99% ਵਧੀਆ ਤਰੀਕੇ ਨਾਲ ਸਹੀ ਬਣਨੀ ਚਾਹੀਦੀ ਹੈ, 100% ਜਿਹੜੀ ਸਾਡੀ
ਚਾਹੇ ਉਹਨਾਂ ਨੂੰ ਸੱਚਮੁੱਚ ਕਿਸੇ ਕੰਪਨੀ ਨੇ ਕਿਹਾ ਹੋਇਆ ਕਿ ਹਾਂਜੀ ਮੈਂ ਇਸ ਕੰਸਲਟੈਂਟ ਕੋਲ ਗਿਆ ਮੈਮ ਉੱਥੇ ਦਾ ਮੈਨੂੰ ਗਾਰੰਟੀ ਦੇ ਰਹੇ ਨੇ ਤੇ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਕਿਉਂਕਿ ਦੇਖੋ ਬੱਚਾ ਸਾਡੇ ਕੋਲ ਅਪਲਾਈ ਇਹ ਚੀਜ਼ਾਂ ਹੈ ਨੇ ਇਹ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਕਈ ਗਾਰੰਟੀ ਲੈਂਦੇ ਨੇ ਇਸ ਚੀਜ਼ ਦੀ ਬਿਲਕੁਲ ਬਿਲਕੁਲ ਜੋ ਕਿ ਗਲਤ ਹੈ ਬਿਲਕੁਲ ਇੱਕ ਜਿਹੜਾ ਕੰਸਲਟੈਂਟ ਆ ਉਹਦਾ ਇੱਕ ਆਪਣਾ ਐਕਸਪੀਰੀਅੰਸ ਹੀ ਜਿਹੜਾ ਮੈਂ ਕਹੂੰਗੀ ਗਾਰੰਟੀ ਹੈ ਕਿ ਜਿਹੜਾ ਅਸੀਂ ਸਾਡੀ ਕੰਪਨੀ ਦੇ ਅਗਰ ਮੈਂ ਗੱਲ ਕਰਦੀ ਹਾਂ ਤੇ ਕਾਫੀ ਟਾਈਮ ਤੋਂ ਅਸੀਂ ਇਸ ਕੰਪਨੀ ਜਿਹੜੀ ਕੰਪਨੀ ਹੈਗੀ ਹੈ ਕਾਫੀ ਟਾਈਮ ਤੋਂ ਸਟੱਡੀ ਵੀਜ਼ਾਸ ਵਿੱਚ ਕੰਮ ਕਰ ਰਹੀ ਹੈ ਜਿੰਨਾ ਵੀ ਹੋ ਸਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਾਂਜੀ ਜਿਨ੍ਹਾਂ ਕੰਟਰੀਜ਼ ਵਿੱਚ ਵੀਜ਼ਾਸ ਆ ਰਹੇ ਨੇ ਉਹਨਾਂ ਕੰਟਰੀਜ਼ ਦੇ ਵਿੱਚ ਅਪਲਾਈ ਕਰੀਏ ਕੈਨੇਡਾ ਵਿੱਚ ਜਦੋਂ ਅਸੀਂ ਦੇਖਿਆ ਕਿ ਐਸਪੀਪੀ ਵਿੱਚ ਤਾਂ ਅਸੀਂ ਅਪਲਾਈ ਕਰ ਹੀ ਰਹੇ ਸੀਗੇ 6 ਬੈਂਡ ਵਾਲੇ ਬੱਚੇ ਤਾਂ ਆ ਹੀ ਰਹੇ ਸੀਗੇ ਅਸੀਂ 5.5 ਦਾ ਵੀ ਦੇਖਿਆ ਕਿ ਬੱਚੇ ਜਿਹੜੇ ਹੈਗੇ ਨੇ ਬੈਂਡਸ ਨਹੀਂ ਅਗੇ ਇਨਕਰੀਜ਼ ਕਰ ਪਾ ਰਹੇ ਨੇ ਪਰ ਜਿਹੜੀ ਇੰਗਲਿਸ਼ ਬੋਲਣ ਦੀ ਹੈਜੀਟੇਸ਼ਨ ਉਹ ਨਹੀਂ ਹੈ ਤੇ ਆਪਣਾ ਜਿਹੜੇ ਸਕੋਰ ਹੈਗੇ ਨੇ ਮਾਰਕਸ ਹੈਗੇ ਨੇ ਪਰਸੈਂਟੇਜ ਉਹ ਵਧੀਆ ਹੈਗੇ ਤੇ ਅਸੀਂ ਲਾਸਟ 7-8 ਇਅਰਸ ਤੋਂ ਜਨਰਲ ਕੈਟਾਗਰੀ ਕਰ ਰਹੇ ਹਾਂ ਤੇ ਵੀਜ਼ਾਸ ਵੀ ਆ ਰਹੇ ਨੇ ਪੁਰਾਣੀ ਟੀਮ ਹੋਣ ਕਰਕੇ ਸਾਨੂੰ ਬਹੁਤ ਵਧੀਆ ਜਿਹੜਾ ਕਿ ਕਵਾਂਗੇ ਹਾਂ ਫਾਈਲ ਬਣਾਉਣ 'ਚ ਬਹੁਤ ਵਧੀਆ ਰਿਸਪੌਂਸ ਰਹਿੰਦਾ ਤੇ ਇੱਕ ਐਪਲੀਕੈਂਟ ਜਦੋਂ ਸਾਡੇ ਕੋਲ ਆਉਂਦਾ ਤੇ ਸਾਨੂੰ ਵੀ ਕਿਤੇ ਤਾਂ ਹੁੰਦਾ ਕਿ ਦੇਖੋ ਬੱਚੇ ਦੀ ਹੋਪ ਹੈ ਕਿ ਮੈਂ ਕੈਨੇਡਾ ਜਾਣਾ ਤੇ 5.5 ਬੈਂਡ ਹੈਗੇ ਨੇ ਗੈਪ ਨਹੀਂ ਹੈ ਜਾਂ ਘੱਟ ਹੈਗਾ 1 ਜਾਂ 2 ਸਾਲ ਦਾ ਤੇ ਉਹਦਾ ਜਿਹੜਾ ਫਾਈਲ ਵੀ ਜਿਹੜੀ ਚੈੱਕਲਿਸਟ ਆ ਉਹਦੇ ਅਕੋਰਡਿੰਗ ਡਾਕੂਮੈਂਟੇਸ਼ਨ ਕੰਪਲੀਟ ਹੋ ਰਹੇ ਨੇ ਤੇ ਉਹਦਾ ਜ਼ਰੂਰ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਜਾਏ ਬਿਕਾਜ਼ ਅਗਰ ਬਾਏ ਚਾਂਸ 1% ਰਿਫਿਊਜ਼ਲ ਆਉਂਦੀ ਤਾਂ ਉਹਦੇ ਕੋਲ ਹੋਰ ਜੋ ਹੈਗੇ ਨੇ ਚੁਆਇਸਿਸ ਹੈ ਹੀ ਨੇ ਪਰ ਫਸਟ ਉਹਨੂੰ ਕੈਨੇਡਾ ਅਪਲਾਈ ਕਰਨਾ ਚਾਹੀਦਾ ਗੱਲ ਕਹੀ ਹੈ ਕਿਉਂਕਿ ਜਿਹੜਾ ਕੈਨੇਡਾ ਜਾਣ ਵਾਲਾ ਸਟੂਡੈਂਟ ਹੈ ਉਹਨਾਂ ਦੀ ਰਿਜੈਕਸ਼ਨ ਰੀਜ਼ਨਸ ਜਿਹੜੇ ਨੇ ਉਹ ਦੇਖੀਏ ਤਾਂ ਕਈ ਵਾਰੀ ਮਿਸਮੈਚ ਆਫ ਕੋਰਸ ਹੈ ਸਾਨੂੰ ਲੱਗਦਾ ਨਹੀਂ ਤੁਸੀਂ ਵਾਪਸ ਆਉਂਗੇ ਰਹਿੰਦੇ ਨੇ ਮੇਨ ਉਹਦੇ ਵਿੱਚ ਕੀ ਹੈ ਜਦੋਂ ਇੱਕ ਐਸਪੀਪੀ ਦੇ ਅੰਡਰ ਬੱਚਾ ਰਿਜੈਕਟ ਹੋ ਜਾਂਦਾ ਉਹ ਦੁਬਾਰਾ ਐਸਪੀਪੀ 'ਚ ਨਹੀਂ ਆਪਣੀ ਫਾਈਲ ਲਾ ਪਾਏਗਾ ਜਾਂ ਕੰਸਿਡਰ ਨਹੀਂ ਕੀਤੀ ਜਾਏਗੀ ਕਹਿ ਲਈਏ ਉਹਨਾਂ ਦੇ ਰੂਲਸ ਨਹੀਂ ਨੇ ਉਹ ਆਟੋਮੈਟਿਕਲੀ ਜੇ ਦੁਬਾਰਾ ਲਾਉਣਾ ਚਾਹੇਗਾ ਚਾਂਸ ਲੈਣਾ ਚਾਹੁੰਦਾ ਤਾਂ ਜਨਰਲ ਦੇ ਵਿੱਚ ਹੀ ਲੈਣਾ ਪਏਗਾ ਅਤੇ ਉਹਦੇ 'ਚ ਕਾਫੀ ਬੱਚਿਆਂ ਦੇ ਵੀਜ਼ਾਸ ਆਏ ਵੀ ਨੇ ਕਈ ਬੱਚੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਰਿਜੈਕਟ ਹੋਏ ਵੀ ਉਹਨਾਂ ਨੇ ਤੀਜੀ ਚੌਥੀ ਵਾਰੀ ਵੀਜ਼ਾ ਲਿਆ ਸੋ ਇਹ ਨਹੀਂ ਹੈ ਵੀ ਜਨਰਲ ਦੇ ਵਿੱਚ ਵੀਜ਼ਾਸ ਨਹੀਂ ਆਉਂਦੇ ਬਿਲਕੁਲ ਠੀਕ ਗੱਲ ਹੈ ਜਸਲੀਨ ਦੀ ਡਿਪੈਂਡ ਕਰੇਗਾ ਤੁਹਾਡੀ ਪ੍ਰੋਫਾਈਲ 'ਤੇ ਐਕਚੁਅਲ ਪ੍ਰੋਫਾਈਲ ਬਾਰੇ ਗੱਲ ਕਰੀਏ ਕੀ ਪ੍ਰੋਫਾਈਲ ਹੈ ਜਿਹਨੂੰ ਜਸਲੀਨ ਜਾਂ ਪਲੈਨਟ ਬੋਲਸ ਜਾਂ ਉਹਨਾਂ ਦੀ ਟੀਮ ਇੱਕ ਪੋਜ਼ਿਟਿਵ ਗਿਣਦੀ ਹੈ ਵੀਜ਼ਾ ਦੇ ਲਈ ਵੀ ਹਾਂ ਇਹ ਵੀਜ਼ਾ ਚਾਂਸਿਸ ਇਹਦੇ ਜ਼ਿਆਦਾ ਹੋ ਸਕਦੇ ਨੇ ਜਾਂ ਆ ਸਕਦਾ ਕੀ ਪ੍ਰੋਫਾਈਲ ਹੁੰਦੀ ਹੈ ਉਹ ਬੱਚੇ ਦੇ ਪਲੱਸ 2 ਕਲੀਅਰ ਕੀਤੀ ਹੋਏ ਤੇ ਪਲੱਸ ਇਹਦੇ ਵਿੱਚ ਜਿਹੜਾ ਗੈਪ ਹੈਗਾ ਉਹ 2 ਜਾਂ 3 ਸਾਲ ਤੋਂ ਜ਼ਿਆਦਾ ਗੈਪ ਨਾ ਹੋਏ ਪਾਸਪੋਰਟ ਤੁਹਾਡਾ ਨਾਲ ਹੋਣਾ ਚਾਹੀਦਾ ਹੈ ਤੇ ਪਲੱਸ ਜੋ ਡਿਟੇਲਸ ਹੈਗੇ ਨੇ ਤੁਸੀਂ ਕੋਈ ਗ੍ਰੈਜੂਏਸ਼ਨ ਕੀਤੀ ਹੈ ਕੋਈ ਡਿਪਲੋਮਾ ਕੀਤਾ ਉਹਦਾ ਸਰਟੀਫਿਕੇਟ ਨਾਲ ਹੋਣਾ ਚਾਹੀਦਾ ਹੈ ਕਿਤੇ ਕੋਈ ਜੌਬ ਕਰ ਰਹੇ ਉਹਦਾ ਐਕਸਪੀਰੀਅੰਸ ਨਾਲ ਹੋਣਾ ਚਾਹੀਦਾ ਤੇ ਦੇਖੋ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਹਰ ਬੱਚੇ ਦਾ ਪ੍ਰੋਫਾਈਲ ਅਲੱਗ ਹੁੰਦਾ ਤੇ ਤੁਸੀਂ ਜਦੋਂ ਵੀ ਸਾਡੇ ਕੋਲ ਆਉਂਦੇ ਆਪਣੇ ਡਾਕੂਮੈਂਟੇਸ਼ਨਸ ਨਾਲ ਲੈ ਕੇ ਆਓ ਉਸ ਅਕੋਰਡਿੰਗ ਮੈਂ ਤੁਹਾਨੂੰ ਦੱਸ ਸਕਦੀ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਕਿਹੜੀ ਕੰਟਰੀ ਵਿੱਚ ਤੁਹਾਡੀ ਐਲੀਜੀਬਿਲਟੀ ਬਣ ਰਹੀ ਹੈ ਕੈਨੇਡਾ ਦੇ ਵਿੱਚ ਅਗਰ ਮੈਂ ਵੇਖਦੀ ਹਾਂ ਤੇ ਕੋਰਸਿਸ ਦੀ ਕਿਤੇ ਤੇ ਪ੍ਰੋਬਲਮ ਬੱਚਿਆਂ ਨੂੰ ਆਉਂਦੀ ਹੈ ਤੇ ਕੋਰਸਿਸ ਦੀ ਜਿਹੜੇ ਗੱਲ ਹੈ ਉਹ ਐਵੇਂ ਕਿ ਤੁਸੀਂ ਅਗਰ ਆਰਟਸ ਵਾਲਾ ਬੱਚਾ ਹੈ ਤਾਂ ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੀਕਟਿਵ ਦੇ ਕੋਰਸ ਵਿੱਚ ਜਾ ਸਕਦਾ ਹੈ ਬਿਜ਼ਨਸ ਕੋਰਸ ਵਿੱਚ ਜਿਹੜੇ ਬੱਚੇ ਹੈਗੇ ਨੇ ਉਹ ਵੀ ਜਾ ਸਕਦੇ ਨੇ ਜਿਹੜੇ ਬੱਚਿਆਂ ਨੇ ਮੈਡੀਕਲ ਕੀਤਾ ਹੋਇਆ ਉਹ ਆਪਣਾ ਜਿਹੜਾ ਕਿ ਅੱਗੇ ਮੈਡੀਕਲ ਤੋਂ ਰਿਲੇਟਡ ਕੋਰਸ ਵਿੱਚ ਜਾ ਸਕਦੇ ਨੇ ਆਫਿਸ ਐਡਮਿਨਿਸਟ੍ਰੇਸ਼ਨ ਮੈਡੀਕਲ ਦਾ ਕੋਰਸ ਹੈਗਾ ਤੇ ਨਾਲ ਹੀ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਦਾ ਕੋਰਸ ਕੰਪਿਊਟਰ ਸਿਸਟਮ ਟੈਕਨੋਲੋਜੀ ਦਾ ਕੋਰਸ ਵੀ ਅਵੇਲੇਬਲ ਹੈ ਇਸ ਤੋਂ ਇਲਾਵਾ ਜਿਹੜੇ ਕੋਰਸਿਸ ਹੈਗੇ ਨੇ ਅਗਰ ਵੇਖਦੇ ਹਾਂ ਤੇ ਸਿਵਲ ਇੰਜੀਨੀਅਰਿੰਗ ਦਾ ਕੋਰਸ ਹੋ ਗਿਆ ਤੇ ਐਵੇਂ ਦੇ ਕੋਰਸਿਸ ਬਹੁਤ ਹੈਗੇ ਨੇ ਬਟ ਦੇਖਣਾ ਪਏਗਾ ਤੁਹਾਡੀ ਐਲੀਜੀਬਿਲਟੀ ਕਿੱਥੇ ਬਣ ਰਹੀ ਹੈ ਤੇ ਕੋਰਸਿਸ ਵਿੱਚ ਮੈਂ ਕਹਾਂਗੀ ਦੇਖੋ ਤੁਹਾਡੀ ਵੇਖਣਾ ਜ਼ਰੂਰੀ ਹੈ ਤੁਹਾਡੇ ਕੋਲ ਮੈਥਸ ਹੈ ਕਿ ਨਹੀਂ ਹੈ ਹਰ ਬੱਚੇ ਲਈ ਕੋਰਸ ਹੈ ਪਰ ਦੇਖਣਾ ਪਏਗਾ ਕਿਉਂਕਿ ਮੈਥਸ ਦੇ ਅਕੋਰਡਿੰਗ ਅਲੱਗ ਕੋਰਸਿਸ ਹੋਣਗੇ ਤੇ ਇਹਦੇ ਲਈ ਤੁਹਾਡੀ ਡਾਕੂਮੈਂਟੇਸ਼ਨ ਵੇਖਣੇ ਜ਼ਰੂਰੀ ਨੇ ਉਸ ਅਕੋਰਡਿੰਗ ਤੁਹਾਨੂੰ ਕੋਰਸ ਦੇਣਾ ਜ਼ਰੂਰੀ ਹੈ ਜਿਸਲੀਨ ਇੱਥੇ ਜੇ ਗੱਲ ਕਰੀਏ ਤੁਸੀਂ ਵੀ ਪਹਿਲੇ ਕਿਹਾ ਵੀ ਜੈਨੂਇਨ ਕੰਸਲਟੈਂਟ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ 5 C ਤੋਂ ਵਰਡਸ ਨੇ 5 C ਕਹਿ ਲਈਏ ਤੇ ਬਹੁਤ ਇੰਪੋਰਟੈਂਟ ਹੋ ਜਾਂਦੇ ਆ ਪਹਿਲਾ ਸੀ ਤੁਸੀਂ ਆਲਰੇਡੀ ਦੱਸਿਆ ਕੰਸਲਟੈਂਟ ਬਿਲਕੁਲ ਸੈਕੰਡਲੀ ਕੰਟਰੀ ਕਿਹਦੇ ਚ ਜਾਣਾ ਚਾਹੀਦਾ ਬਿਲਕੁਲ ਤੀਜਾ ਸਿਟੀ ਕਿਹੜੀ ਹੋਵੇ ਕਾਲਜ ਕਿਹੜਾ ਹੋਵੇ ਕੋਰਸ ਕਿਹੜਾ ਹੋਵੇ ਬਿਲਕੁਲ ਇਹ 5 ਜਿਹੜੇ ਡਿਸੀਜਨ ਨੇ ਬਹੁਤ ਸੋਚ ਸਮਝ ਕੇ ਲੈਣ ਵਾਲੇ ਨੇ ਬੱਚਾ ਇੱਕ ਤਾਂ ਸੋਚ ਲੈਂਦਾ ਮੈਂ ਕੈਨੇਡਾ ਜਾਣਾ ਹੈ ਫਲਾਣੇ ਕੰਸਲਟੈਂਟ ਕੋਲੋਂ ਫਾਈਲਿੰਗ ਕਰੂੰਗਾ ਉਸ ਤੋਂ ਬਾਅਦ ਡਿਸੀਜਨ ਲੈਂਦਾ ਹੈ ਸਿਟੀ ਕਾਲਜ ਐਂਡ ਕੋਰਸ ਪਹਿਲਾਂ ਕੀ ਸਿਲੈਕਟ ਕਰਨਾ ਚਾਹੀਦਾ ਦੇਖੋ ਫਸਟ ਤੁਹਾਡੀ ਜਿਹੜੀ ਕੰਟਰੀ ਹੈ ਉਹ ਸਿਲੈਕਟ ਹੋਣੀ ਚਾਹੀਦੀ ਹੈ ਬਿਕਾਜ਼ ਕੰਟਰੀ ਡਿਪੈਂਡ ਕਰਦੀ ਹੈ ਤੁਹਾਡੇ ਪ੍ਰੋਫਾਈਲ ਤੇ ਕਿ ਤੁਹਾਡਾ ਜਿਹੜਾ ਪ੍ਰੋਫਾਈਲ ਤੇ ਫੰਡਸ ਹਰ ਡਿਟੇਲ ਜਿਹੜੀ ਚੈੱਕਲਿਸਟ ਤੁਸੀਂ ਡਾਕੂਮੈਂਟੇਸ਼ਨ ਕੰਪਲੀਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਦੇਖਣਾ ਹੈ ਕਿ ਜਿਹੜਾ ਤੁਸੀਂ ਕੋਰਸ ਲੈਣਾ ਹੈ ਉਹਦੇ ਲਈ ਤੁਸੀਂ ਪਹਿਲਾਂ ਸਿਟੀ ਕਿਹੜੀ ਚੂਜ਼ ਕਰਨੀ ਹੈ ਬਿਕਾਜ਼ ਜਿਹੜਾ ਕੋਰਸ ਤੁਸੀਂ ਲਓਗੇ ਉਸ ਕੋਰਸ ਤੋਂ ਰਿਲੇਟਡ ਤੁਹਾਨੂੰ ਅੱਗੇ ਕੰਮ ਵੀ ਮਿਲ ਸਕੇ ਵੀ ਰੈਲੇਵੈਂਟ ਜੌਬ ਮਿਲੇਗੀ ਰੈਲੇਵੈਂਟ ਜੌਬ ਵੀ ਮਿਲ ਸਕੇ ਤੇ ਜਿਵੇਂ ਮੰਨ ਲਓ ਕਿ ਬੱਚਾ ਹੋਟਲ ਲਾਈਨ ਦੇ ਕੋਰਸ ਵਿੱਚ ਜਾ ਰਿਹਾ ਤੇ ਮੈਂ ਉਹਨੂੰ ਉਸ ਸਿਟੀ ਵਿੱਚ ਭੇਜਾਂਗੀ ਜਿੱਥੇ ਟੂਰਿਸਟ ਜ਼ਿਆਦਾ ਜਾਂਦੇ ਨੇ ਜਿੱਥੇ ਹੋਟਲਸ ਵਗੈਰਾ ਹੋਣ ਤਾਂ ਕਿ ਤੁਹਾਨੂੰ ਅੱਗੇ ਟ੍ਰੇਨਿੰਗ ਦੌਰਾਨ ਪ੍ਰੋਬਲਮ ਨਾ ਆਏ ਜਿਹੜੇ ਬੱਚੇ ਮੈਡੀਕਲ ਲਾਈਨ ਵਿੱਚ ਜਾਣਗੇ ਮੈਂ ਦੇਖ
वर्क तो रिलेटेड जिहड़े कंपनीज या मेडिकल स्टोर या अपना अगर वो किसी टूरिस्ट लाइन में जा रहा है तो एक होटल्स एवं दे कुछ होना चाहिए ताकि उन्होंने उस प्रॉब्लम ना आए और टाइम भी बचे तो यह सब कुछ वेखना पैंदा है। तो काफ़ी कुछ वेख के असं स्टूडेंट उत्थे भेजते हैं। एक कॉलेज में एक स्टूडेंट सेंटर होंगे जिथे अगर थोड़ा कोई प्रॉब्लम आती है बच्चे उत्थे जाने बाद तो उत्थे सॉल्व हो सकती है। और जिहड़े साडे स्टूडेंट साडे वल्लों जाते हैं अगर वो कहन जिवें जो उन्होंने वीजा लग जाता चले जाते हैं क्लासेस शुरू करते हैं अगर उन्होंने कोई प्रॉब्लम आती है तो असं उन्होंने कहते हैं अगर थोड़ा उत्थे कोई सोल्यूशन नहीं निकला तुम साडे नाल फोन से गल करो बिकॉज कॉलेजेस नाल साडे डायरेक्ट टाइप होए होंगे ने अगर कोई प्रॉब्लम आती है तो असं रिप्रेजेंटेटिव नाल गल करते हैं डिस्कस करते हैं असं ताकि उस जी प्रॉब्लम का सोल्यूशन कर सकी जी। मतलब थोड़े कहने का भाव भी बच्चे पहला कोर्स सिलेक्ट करना चाहिए फिर सिटी बिल्कुल उस तो बाद कॉलेज भी कि बैटर जरा सिटी के बिल्कुल बिल्कुल सो बिल्कुल इस तरीके हर रोज़ कंसल्टेंट आते हैं अपना एक्सपीरियंस साझा करते ताकि बच्चा जो बाहर जाना चाहता देश तो प्रदेश बढ़न जाना चाहता है वो वो तो वह गाइडेंस लैके असी आ सके। अज भी इसे कोशिश के तहत प्लैनेट बोल्स जसलीन साढ़े न हाजिर ने कोशिश कर रहे हैं तुम्हें कैनेडा संबंधी जानकारी देने की चाहे वह SPP है या नॉन SPP है जिन्होंने आप जनरल कहने दोनों के कोई इन्फॉर्मेशन तुम्हें लेनी है तो डायरैक्ट इन्हें तक कॉल करके फ्री ऑफ कॉस्ट काउंसलिंग जी वो लै सकते हो। असी गलबात जी जारी रखा जसलीन एक होर चीज़ जो ESL की गल आप करते हैं इंग्लिश एज अ सैकेंड लैंगुएज वो बहुत प्रमोट किया जाता एक जनरल वीज़ा कह के जनरल कैटेगरी कह के कि जो मैच खाता एक S1 वीज़ा तो ESL दोनों सेम ने। अच्छा देखो जो ESL है ना वो कोर्स थानू कॉलेज लाता है अगर उन्होंने कितने लगता है कि हाँ जी इस कोर्स की रिक्वायरमेंट थानू हैगी है तो कॉलेज थानू इस कोर्स दे विच करता है क्योंकि अगर थोड़ी इंग्लिश विच परसेंटेज घट है पर IELTS वधिया है IELTS वधिया नहीं है पर परसेंटेज जिहड़ी हैगी है घट हैगी है या IELTS ज्यादा है मतलब जितने उन्होंने लगता है कि हाँ जी इंग्लिश कोर्स बच्चे नू लगना चाहिए या कोर्स से भी डिपेंड हो रहा है कि तुसी इस कोर्स लिए आ रहे हो उहदे विच थ्योरिकल पार्ट ज्यादा है तो इहदे विच थानू ESL की रिक्वायरमेंट हैगी है तो उस समय कॉलेज ESL कोर्स नाल ला सकता है उहदे मैं कहांगी सिर्फ बेनीफिट है नुकसान एक भी नहीं है उस कोर्स का क्योंकि ESL कोर्स जिहड़ा हैगा इंग्लिश कोर्स है जो कि तुहानू थोड़ी अग्गे जिहड़ी कि स्टडी करन दे विच हैल्प करदा है थोड़ी परसनैलिटी इंप्रूवमेंट विच हैल्प करदा है एंड दैन अगर तुसी स्टडी कंप्लीट कर लैंदे हो एंड दैन फिर तुसी IELTS करदे हो तो तुहानू अग्गे PR लैण दे विच हैल्प करदा है ते मैं कहांगी इहदे सारे पॉजिटिव पॉइंट है किते भी नैगेटिव पॉइंट नहीं है। अगर एक स्टूडेंट 5.5 बैंड दे नाल कैनेडा लई अप्लाई कर रहा है तो उस तरह ESL कोर्स लग रहा उन्हों ते जिहड़ा टाइम उन्हें इत्थे वेस्ट करना सीगा IELTS करके अपना टाइम अग्गे करना सीगा इनटेक निकल जांदा उहदे हत्थों ते उहदे नाल वधिया कि उह कैनेडा भी जाके ESL कोर्स करन ते किने ते एक वधिया मैं कहांगी एक वधिया स्टडी होएगी किने ते एक वधिया उन्होंने जो भी स्टडी दे विच जो भी पार्ट्स मिलणगे अलग अलग टाइप दे ते कर सकदे ने ते एक ESL दे नाल नाल जिहड़ा होर जिहड़ा सैकंड कोर्स होएगा वो भी स्टूडेंट जिहड़ा हैगा नाल करेगा पर ESL कंप्लीट होने तो बाद जी। हुण जिवें SPP दे विच तां बच्चे नूं पता है मेन इनटेक है सितंबर इनटेक है इस ते नॉन SPP जनरल दी गल करिए की डिफरेंस हैगा इहनां च। देखो जिहड़ा SPP हैगा उहदा सितंबर इनटेक अवेलेबल है ते अगर असीं गल करदे जनरल इनटेक दी जनरल दे विच जुलाई इनटेक अवेलेबल है पर मैं बच्चों नूं कहांगी देखो इनटेक जिहड़ा भी हुंदा उस तो एक महीना पहला फाइल लैणी बंद हो जांदी जिहड़ी मैं हमेशा स्टूडेंट्स नूं दसदी हां ते जुलाई दी अगर असीं गल कर रहे हां ते जून तो बाद तुहाडी फाइल जिहड़ी हैगी आ एक्सेप्ट नहीं कीतियां जाणगियां। टाइम बहुत घट हुंदा जिन्हां बच्चों दे कोल मैथ्स नहीं है उहनां लई कोर्सेस दे ऑप्शनस बहुत घट हुंदियां ने ते अगर उह अप्लाई करना चाहुंदे ने ते जल्द तो जल्द अप्लाई करन ताकि अपनी सीट्स वाला रहिंदा काम लिमिटेड ने सीट्स कॉलेज दे विच। हाँ जी बिल्कुल क्योंकि देखो अगर एक आर्ट्स वाला बच्चा है जिहदे कोल मैथ्स भी नहीं है उहदे लई कोर्सेस जिहड़े हैगे ने एक या दो या तीन कोर्सेस अवेलेबल होणगे ते उह कोर्सेस जिहड़े हैगे ने पूरी इंडिया तो बच्चों का अपलाई हो रहा है ते किने ते सीट्स जिहड़ियां हैगियां ने कुछ जिहड़े हर कॉलेज विच जिहड़ी सीट्स हुंदियां ने उह जिहड़ा तुहाडा वधिया कॉलेज हैगा उहदे विच फुल हो सकदियां ने ते सीट्स दा बहुत ज्यादा प्रॉब्लम रहिंदी है ते मैं कहांगी तुसीं अगर अपलाई करना है तो जल्द तो जल्द अपलाई करो अपना गैप भी ना बनाओ एक जिवें तुसीं जुलाई विच जाना चाहुंदे हो तां तुसीं हुणे अपलाई करोगे तां ही तुहाडी फाइल जिहड़ी जल्दी लग सकदी है। नाल अगर असीं वेखदे आं ते अगर असीं फाइल अपनी जिहड़ा इनटेक हुंदा उस तों डेढ़ दो महीने पहलां ला लैंदे अगर एम्बेसी दे विच ते कितें ना कितें पॉजिटिव रिजल्ट हुंदे ने उहदे टाइमली फाइल जिहड़ी उह ला लैणी चाहीदी जी बिल्कुल। सो कैनेडा नूं लै के मन दे विच कोई भी सवाल आ रिहा है जो असीं नहीं सांझा कर पाए तां तुसीं डायरैक्ट भी चाहे ओ SPP नूं लै के या जनरल कैटेगरी नूं लै के है अपना जसलीन दी टीम दे नाल राबता कायम कर सकदे हो नंबर चल रहे ने कॉल की जा सकती है अदरवाइज इन्हों के ऑफिस विजिट करके भी जानकारी साझी की जा सकती है। सो हुण गल करते हैं जी शेनेगन कंट्रीज़ की किना किना बच्चों के लिए वधिया ऑप्शनज़ ने शेनेगन कंट्रीज़ ते क्यों ये सवाल रहेगा पहला।
ਕੀ ਕਹਿਣਾ ਜਿਸ ਲਈ ਸ਼ੈਨਿਗਨ ਕੰਟਰੀ ਜਿਹੜੀ ਹੈਗੀ ਸਟੂਡੈਂਟਸ ਦੀ ਕਾਫੀ ਟਾਈਮ ਤੋਂ ਮੈਂ ਕਵਾਂਗੀ ਕਿ ਜਿਹੜੀ ਇੱਕ ਡ੍ਰੀਮ ਕੰਟਰੀ ਹੈ ਸ਼ੈਨਿਗਨ ਕੰਟਰੀਜ਼ ਦਾ ਮਤਲਬ ਹੈ 26 ਕੰਟਰੀਜ਼ ਦਾ ਗਰੁੱਪ ਤੇ 26 ਕੰਟਰੀਜ਼ ਦੇ ਵਿੱਚ ਜਿਹੜੀ ਇਸ ਸਮੇਂ ਕੰਟਰੀਜ਼ ਜਿਹੜੀ ਹੈਗੀਆਂ ਨੇ ਅਪਲੈਨਬਲਸ ਹੈਗਾ ਇਟਲੀ ਤੇ ਆਪਣਾ ਪੋਲੈਂਡ ਦੇ ਵਿੱਚ ਡੀਲ ਕਰ ਰਿਹਾ ਇੱਕ ਜਿਹੜਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਇਸ ਸਮੇਂ ਇਹਨਾਂ ਕੰਟਰੀਜ਼ ਤੋਂ ਸਾਨੂੰ ਤਾਂ ਹੀ ਅਸੀਂ ਇਹਨਾਂ ਕੰਟਰੀਜ਼ ਵਿੱਚ ਅਪਲਾਈ ਕਰ ਰਹੇ ਹਾਂ ਤੇ ਬੱਚਿਆਂ ਨੂੰ ਵਿਦਾਊਟ ਆਈਲੈਟਸ ਜਿਹੜਾ ਹੈਗਾ ਉਹ ਇਟਲੀ ਜਾਂ ਪੋਲੈਂਡ ਵਿੱਚ ਜਾ ਸਕਦੇ ਨੇ ਵਿਦਾਊਟ ਆਈਲੈਟਸ ਜ਼ਰੂਰ ਹੈ ਬੱਚਿਓ ਪਰ ਵਿਦਾਊਟ ਆਈਲੈਟਸ ਦਾ ਮਤਲਬ ਇਹ ਨਹੀਂ ਹੈ ਕਿ ਸਟੂਡੈਂਟਸ ਜਿਹੜੇ ਹੈਗੇ ਇਹਨਾਂ ਨੂੰ ਇੰਗਲਿਸ਼ ਦਾ ਏ ਬੀ ਵੀ ਨਾ ਆਉਂਦਾ ਹੋਏ ਇੰਨੀ ਕੁ ਇੰਗਲਿਸ਼ ਆਉਣੀ ਚਾਹੀਦੀ ਕਿ ਉਹ ਆਪਣੀ ਜਿਹੜੀ ਲੈਂਗੁਏਜ ਜਿਹੜੀ ਸਟੱਡੀ ਆ ਉਹਨੂੰ ਸਮਝ ਸਕਣ ਤੁਹਾਡੀ ਸਟੱਡੀ ਜ਼ਰੂਰ ਈਜ਼ੀ ਹੁੰਦੀ ਹੈ ਵਿਦਾਊਟ ਆਈਲੈਟਸ ਤੋਂ ਭਾਵ ਕੀ ਹੈ ਮੈਂ ਉਹ ਪ੍ਰੋਫਾਈਲ ਤੁਹਾਡੇ ਦੁਆਰਾ ਸਮਝਾਉਣਾ ਚਾਹਣਾ ਬੱਚਿਆਂ ਨੂੰ ਕਿਹਨੂੰ ਕਹਿੰਦੇ ਆ ਵਿਦਾਊਟ ਆਈਲੈਟਸ ਆ ਦੇਖੋ ਵਿਦਾਊਟ ਆਈਲੈਟਸ ਤੋਂ ਭਾਵ ਕਿ ਜਿਹੜੇ ਬੱਚੇ ਇੱਥੋਂ ਪਲੱਸ ਟੂ ਕਰ ਰਹੇ ਨੇ ਅਗਰ ਤੁਸੀਂ ਇੰਗਲਿਸ਼ ਇੱਥੋਂ ਕਲੀਅਰ ਕਰ ਲਈ ਹੈ ਤੁਸੀਂ ਅੱਗੇ ਜਾ ਕੇ ਵੀ ਇੰਗਲਿਸ਼ ਵਿੱਚ ਸਟੱਡੀ ਕਰ ਸਕਦੇ ਹੋ ਵਿਦਾਊਟ ਆਈਲੈਟਸ ਦਾ ਮਤਲਬ ਕਿ ਇੰਨੀ ਕੁ ਇੰਗਲਿਸ਼ ਆ ਸਕੇ ਤੁਸੀਂ ਆਪਣੀ ਜਿਹੜੀ ਉੱਥੇ ਪੜ੍ਹਾਈ ਹੈ ਉਹ ਕਰ ਸਕੋ ਤੇ ਜਿਹੜੀ ਸਟੱਡੀ ਹੈ ਉੱਥੇ ਉਹ 75% ਪ੍ਰੈਕਟੀਕਲ ਸਟੱਡੀ ਹੈ 25% ਥਿਊਰੀਕਲ ਸਟੱਡੀ ਹੈ ਜਿਹੜੀ ਕਿ ਇੰਟਰਨੈਸ਼ਨਲ ਹਰ ਸਟੱਡੀ ਐਵੇਂ ਦੀ ਹੁੰਦੀ ਹੈ ਜਿਹੜੀ ਇੰਡੀਅਨ ਸਟੱਡੀ ਉਹ ਸਾਡੀ ਪ੍ਰੋਪਰਲੀ ਜਿਹੜੀ ਹੈਗੀ ਹੈ 80% ਥਿਊਰੀਕਲ ਹੁੰਦੀ ਹੈ ਤੇ ਮੈਂ ਕਹਾਂਗੀ ਇੰਡੀਅਨ ਸਟੱਡੀ ਤੋਂ ਸੌਖੀ ਸਟੱਡੀ ਹੈ ਤੇ ਪਲੱਸ ਇਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਅਗਰ ਤੁਸੀਂ ਇੰਗਲਿਸ਼ ਜਿਹੜੇ ਨਹੀਂ ਆਉਂਦੀ ਹੈ ਪਰ ਐਨੀ ਕੁ ਇੰਗਲਿਸ਼ ਹੈਗੀ ਤੁਸੀਂ ਪੜ੍ਹਾਈ ਕਰ ਸਕੋ ਅੱਗੇ ਤੇ ਅਗਰ ਨਾਲ ਜਿਹੜਾ ਕਿ ਤੁਸੀਂ ਜਿਵੇਂ ਉੱਥੇ ਸਟੱਡੀ ਕਰਨ ਜਾਂਦੇ ਹੋ ਤੇ ਅਗਰ ਤੁਸੀਂ ਉਹਨਾਂ ਦੀ ਸਟੱਡੀ ਨੂੰ ਸਮਝਦੇ ਹੋ 6 ਮੰਥ ਉੱਥੇ ਰਹਿੰਦੇ ਹੋ ਤੁਹਾਡੀ ਜਿਹੜੀ ਇੰਗਲਿਸ਼ ਇੰਪਰੂਵ ਹੁੰਦੀ ਹੈ ਕਿਹਦੇ ਤੇ ਸਾਨੂੰ ਇੰਗਲਿਸ਼ ਆਉਂਦੀ ਹੁੰਦੀ ਹੈ ਪਰ ਜਿਹੜਾ ਇੱਕ ਅਸੀਂ ਵੇਖ ਰਹੇ ਕਿ ਜਿਹੜਾ ਇਨਵਾਇਰਮੈਂਟ ਹੈ ਉਹ ਉਵੇਂ ਦਾ ਨਹੀਂ ਹੁੰਦਾ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਕੋਈ ਸਬਜ਼ੀ ਲੈਣੀ ਹੈ ਕੋਈ ਆਪਣਾ ਸਮਾਨ ਲੈਣਾ ਹੈ ਉੱਥੇ ਰਹਿਣ ਲਈ ਕੋਈ ਵੀ ਰਿਕੁਆਇਰਮੈਂਟ ਹੈ ਤੁਹਾਨੂੰ ਕੋਈ ਵੀ ਜੌਬ ਵੀ ਕਰਨੀ ਹੈ ਤਾਂ ਜੌਬ ਕਰਨੀ ਹੈ ਤਾਂ ਤੁਹਾਨੂੰ ਇੰਗਲਿਸ਼ ਵਿੱਚ ਹੀ ਗੱਲ ਕਰਨੀ ਪੈਗੀ ਪੁੱਛਣਾ ਪਏਗਾ ਪੰਜਾਬੀ ਜ਼ਰੂਰ ਹੁੰਦੇ ਨੇ ਉੱਥੇ ਪਰ ਥੋੜੀ ਬਹੁਤ ਜਿਹੜੀ ਹੈਗੀ ਤੁਹਾਨੂੰ ਬੋਲਣੀ ਪੈਂਦੀ ਹੈ ਪਰ ਇੱਥੇ ਜਸਲੀਨ ਕਾਫੀ ਬੱਚਿਆਂ ਦਾ ਸਵਾਲ ਇਹ ਵੀ ਆਇਆ ਵੀ ਜਿਵੇਂ ਪੋਲੈਂਡ ਦੀ ਆਪਣੀ ਇੱਕ ਲੈਂਗੁਏਜ ਹੈਗੀ ਹੈ ਲੋਕਲ ਪੋਲਿਸ਼ ਹੈ ਬਿਲਕੁਲ ਇਟਲੀ ਦੀ ਇਟਾਲੀਅਨ ਹੈ ਨਾ ਉਹ ਉਸ ਚੀਜ਼ ਨੂੰ ਲੈ ਕੇ ਵੀ ਬੱਚੇ ਜਿਹੜੇ ਸਵਾਲ ਕਰ ਰਹੇ ਨੇ ਵੀ ਕੀ ਉਹ ਲੈਂਗੁਏਜਸ ਸਿੱਖਣੀਆਂ ਵੀ ਜ਼ਰੂਰੀ ਹੋ ਜਾਣਗੀਆਂ ਹਾਂ ਦੇਖੋ ਉਹਦੇ ਲਈ ਮੈਂ ਐਗਜ਼ਾਮਪਲ ਦਵਾਂਗੀ ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ ਤੇ ਪੰਜਾਬ ਵਿੱਚ ਪੰਜਾਬੀ ਲੈਂਗੁਏਜ ਹੈ ਅਗਰ ਜਿੰਨੇ ਕਾਫੀ ਲੋਕੀ ਹੈਗੇ ਨੇ ਜਿਹੜੇ ਕਿ ਪੰਜਾਬ ਵਿੱਚ ਵੀ ਆਏ ਹੋਏ ਨੇ ਜਾਂ ਜੌਬ ਕਰ ਰਹੇ ਨੇ ਕਿਸੇ ਐਮਐਨਸੀ ਕੰਪਨੀ ਵਿੱਚ ਜੌਬ ਕਰ ਰਹੇ ਨੇ ਚੰਡੀਗੜ੍ਹ ਵਿੱਚ ਆ ਕੇ ਐਮਐਨਸੀ ਕੰਪਨੀ ਵਿੱਚ ਜੌਬ ਕਰ ਰਹੇ ਹਾਂ ਥੋੜਾ ਜਿਹਾ ਵਰਕ ਜਿੱਥੇ ਤੁਸੀਂ ਕਰ ਰਹੇ ਹੋ ਉੱਥੇ ਇੰਗਲਿਸ਼ ਵਿੱਚ ਗੱਲਬਾਤ ਹੋ ਰਹੀ ਹੈ ਪਰ ਅਗਰ ਤੁਸੀਂ ਇੱਕ ਲੋਕਲ ਜਗ੍ਹਾ ਵਿੱਚ ਆ ਜਾਂਦੇ ਹੋ ਕਿਤੇ ਵੀ ਮੋਹਾਲੀ ਏਰੀਆ ਵਿੱਚ ਆ ਗਏ ਚੰਡੀਗੜ੍ਹ ਏਰੀਆ ਵਿੱਚ ਆ ਗਏ ਤੁਸੀਂ ਗੱਲ ਕਈ ਵਾਰ ਦੇਖਦੇ ਹੋ ਮੋਸਟਲੀ ਪੰਜਾਬੀ ਵਿੱਚ ਕਰ ਰਹੇ ਹਾਂ ਹਿੰਦੀ ਵਿੱਚ ਕਰ ਰਹੇ ਹਾਂ ਉਹ ਉਹਨਾਂ ਦੀ ਆਪਣੀ ਇੱਕ ਲੈਂਗੁਏਜ ਹੈ ਨਾ ਉਸ ਏਰੀਆ ਦੀ ਬਟ ਜਿਹੜਾ ਅਗਰ ਤੁਸੀਂ ਸਿੱਖ ਲੈਂਦੇ ਹੋ ਤਾਂ ਜਲਦੀ ਜਿਹੜਾ ਹੈਗਾ ਫੈਮਲੀਅਰ ਹੋ ਜਾਂਦੇ ਹੋ ਤੁਸੀਂ ਅੱਗੇ ਜਿਹੜਾ ਕਿ ਆਪਣਾ ਈਜ਼ਲੀ ਕਿਤੇ ਹੋਰ ਜੌਬ ਕਰੋਗੇ ਤੇ ਉਹਨਾਂ ਲੋਕਾਂ ਦੇ ਵਿੱਚ ਈਜ਼ਲੀ ਤੁਸੀਂ ਕਰ ਸਕਦੇ ਹੋ ਕਮਿਊਨੀਕੇਟ ਕਰ ਪਾਉਣਗੇ ਅਗਲੇ ਹਾਂਜੀ ਤੁਹਾਨੂੰ ਅਗਲੇ ਜਿਹੜੇ ਕੰਮ ਜਿਹੜਾ ਕਿ ਆਪਣੇ ਵਰਕ ਆਰਸ ਮਿਲਣਗੇ ਅਗਲੇ ਜਿਹੜੇ 2 ਸਾਲ ਮਿਲਣਗੇ ਵਰਕ ਪਰਮਿਟ ਮਿਲੇਗਾ ਉਹਦੇ ਵਿੱਚ ਈਜ਼ੀ ਹੋ ਜਾਂਦਾ ਤੇ ਮੈਂ ਕਹਾਂਗੀ ਤੁਸੀਂ ਅਗਰ ਉੱਥੇ ਜਾਂਦੇ ਹੋ ਤੁਸੀਂ ਉੱਥੇ ਦੀ ਲੋਕਲ ਲੈਂਗੁਏਜ ਵੀ ਸਿੱਖੋ ਉਹਦੇ ਪਲੱਸ ਪੁਆਇੰਟ ਹੀ ਹੈ ਕਿਤੇ ਤੇ ਜਿਹੜਾ ਕਿ ਤੁਹਾਨੂੰ ਅੱਗੇ ਵਰਕ ਪਰਮਿਟ ਵਿੱਚ ਵੀ ਉਹ ਹੈਲਪ ਕਰਨਗੇ ਤੇ ਅੱਗੇ ਪੀਆਰ ਲੈਣ ਦੇ ਵਿੱਚ ਵੀ ਹੈਲਪ ਕਰਨਗੇ ਜੀ ਸੋ ਲੋਕਲ ਲੈਂਗੁਏਜ ਸਿੱਖ ਲੈਣੀ ਚਾਹੀਦੀ ਹੈ ਬਟ ਇਹ ਜ਼ਰੂਰੀ ਨਹੀਂ ਹੈ ਵੀ ਜੇ ਲੋਕਲ ਲੈਂਗੁਏਜ ਨਹੀਂ ਹੈ ਤਾਂ ਤੁਸੀਂ ਉੱਥੇ ਜਾ ਨਹੀਂ ਸਕਦੇ ਪੜ੍ਹਾਈ ਲਈ ਜਾ ਰਹੇ ਹੋ ਇੰਟਰਨੈਸ਼ਨਲ ਲੈਂਗੁਏਜ ਹੈ ਇੰਗਲਿਸ਼ ਉਹ ਆਉਣੀ ਜ਼ਰੂਰੀ ਹੈ ਚਾਹੇ ਵਿਦਾਊਟ ਆਈਲਸ ਹੈ ਬਟ ਇੰਗਲਿਸ਼ ਦਾ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹਦੇ ਵਿੱਚ ਜੇ ਆਪਾਂ ਕੋਰਸਿਸ ਨੂੰ ਲੈ ਕੇ ਗੱਲ ਕਰੀਏ ਕਿਸ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਨੇ ਜਿਹੜੇ ਪੋਲੈਂਡ ਜਾਂ ਇਟਲੀ ਦੀ ਗੱਲ ਕਰੀਏ ਤਾਂ ਦੇਖੋ ਕੋਰਸਿਸ ਹੋਟਲ ਲਾਈਨ ਦੇ ਵੀ ਅਵੇਲੇਬਲ ਹੈਗੇ ਨੇ ਬਿਜ਼ਨਸ ਤੋਂ ਰਿਲੇਟਿਡ ਵੀ ਅਵੇਲੇਬਲ ਨੇ ਸਭ ਤੋਂ ਵਧੀਆ ਪੁਆਇੰਟ ਹੈ ਕਿ ਇੱਥੇ ਕੋਈ ਵੀ ਇਤਨੀ ਪ੍ਰੋਬਲਮ ਨਹੀਂ ਹੈ ਵੀ ਸ਼ੈਨਿਗਨ ਕੰਟਰੀ ਵਿੱਚ ਇਟਲੀ ਜਾਂ ਪੋਲੈਂਡ ਦੇ ਵਿੱਚ ਮੈਥ ਹੋਣਾ ਜ਼ਰੂਰੀ ਹੈ ਜਾਂ ਐਨੀ ਪਰਸੈਂਟੇਜ ਹੋਣੀ ਜ਼ਰੂਰੀ ਹੈ ਤੁਸੀਂ ਬਿਜ਼ਨਸ ਕੋਰਸ ਵਿੱਚ ਵੀ ਜਾ ਸਕਦੇ ਹੋ ਈਜ਼ਲੀ ਜਿਹੜੇ ਤੁਹਾਨੂੰ ਕੋਰਸਿਸ ਮਿਲ ਜਾਂਦਾ ਫੈਸ਼ਨ ਤੋਂ ਰਿਲੇਟਿਡ ਕੋਰਸਿਸ ਮਿਲ ਜਾਂਦੇ ਨੇ ਇਟਲੀ ਦਾ ਪੋਲੈਂਡ ਦੇ ਅਗਰ ਮੈਂ ਪੋਜ਼ਿਟਿਵ ਗੱਲ ਕਰਦੀ ਹਾਂ ਦੇਖੋ ਤੁਸੀਂ ਅਗਰ ਇੰਡੀਆ ਵਿੱਚ ਵੀ ਕੋਈ ਸਟੱਡੀ ਕਰਦੇ ਹੋ ਤੁਹਾਡਾ ਜਿਹੜਾ ਇੱਕ ਖਰਚਾ ਹੈ ਉਹ ਸਾਲ ਦਾ ਇੱਕ ਸਟੱਡੀ ਦਾ ਜਿਹੜਾ ਹੁੰਦਾ ਉਹ 3 ਜਾਂ 4 ਲੱਖ ਰੁਪਏ ਆਉਂਦਾ ਤੁਸੀਂ ਉਸੇ ਫੀਸ ਨਾਲ ਆਪਣਾ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਕਰ ਸਕਦੇ ਹੋ ਪਲੱਸ ਦੂਜੀ ਗੱਲ ਹੈ ਅਗਰ ਮੈਂ ਇਟਲੀ ਜਾਂ ਪੋਲੈਂਡ ਦੀ ਗੱਲ ਕਰਦੀ ਕਿ ਸਟੂਡੈਂਟ ਜਾਣ ਕਿਉਂ ਉੱਥੇ ਤੇ ਉਹਦਾ ਰੀਜ਼ਨ ਹੈ ਕਿ ਜਿਹੜੇ ਫੰਡਸ ਹੈਗੇ ਨੇ ਹੋਰ ਕੰਟਰੀਜ਼ ਨਾਲੋਂ ਤੁਹਾਨੂੰ ਬਹੁਤ ਘੱਟ ਫੰਡ ਦਿਖਾਣੇ ਪੈਂਦੇ ਨੇ 7 ਤੋਂ 8 ਲੱਖ ਦੇ ਫੰਡਸ ਦਿਖਾਣੇ ਪੈਂਦੇ ਨੇ ਫੀਸਿਸ ਘੱਟ ਹੈਗੀਆਂ ਨੇ ਰਿਕੁਆਇਰਮੈਂਟਸ ਬਹੁਤ ਘੱਟ ਹੈ ਕਿ ਆਈਲੈਸ ਜਿਹੜਾ ਹੈਗਾ ਉਹਦੀ ਰਿਕੁਆਇਰਮੈਂਟ ਨਹੀਂ ਹੈ ਵਿਦਾਊਟ ਆਈਲੈਸ ਅਪਲਾਈ ਕਰ ਸਕਦੇ ਹੋ ਇੱਕ ਮਿਡੋਕਰ ਫੈਮਲੀ ਦਾ ਸਟੂਡੈਂਟ ਹੈਗਾ ਉਹ ਵੀ ਜਿਹੜਾ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਕਰ ਸਕਦਾ ਤੇ ਪਲੱਸ ਦੂਜੀ ਗੱਲ ਹੈ ਤੁਸੀਂ ਅਗਰ ਕੰਟਰੀਜ਼ ਦੀ ਗੱਲ ਕਰਦੇ ਹੋ ਮੇਰੇ ਹਿਸਾਬ ਨਾਲ ਕੋਈ ਵੀ ਕੰਟਰੀ ਛੋਟੀ ਬੜੀ ਨਹੀਂ ਹੈ ਜਿਸ ਬੱਚੇ ਨੇ ਐਪਲੀਕੈਂਟ ਨੇ ਪੜ੍ਹਨਾ ਉਹ ਇਟਲੀ ਜਾਂ ਪੋਲੈਂਡ ਜਾ ਕੇ ਵੀ ਪੜ੍ਹ ਲਏਗਾ ਜਿਹਨੇ ਨਹੀਂ ਪੜ੍ਹਨਾ ਉਹ ਕੈਨੇਡਾ ਜਾਂ ਆਸਟ੍ਰੇਲੀਆ ਕੰਟਰੀ ਤੋਂ ਵੀ ਵਾਪਸ ਆ ਜਾਏਗਾ ਸੋ ਇੱਥੇ ਬਹੁਤ ਵਧੀਆ ਗੱਲ ਕੀਤੀ ਹੈ ਜਸਲੀਨ ਨੇ ਵੀ ਬੱਚੇ ਦਾ ਏਮ ਕਲੀਅਰ ਹੋਣਾ ਜ਼ਰੂਰੀ
25% थ्योरी है, जे उन्होंने भी सोच के समझ के किया जाएगा तो फ्यूचर जरूर ब्राइट बनाया जा सकता। साडे एक्सपर्ट अज भी थोड़ा गाइड कर रहे हैं भी पढ़न दे एम नाल जाओ, पढ़ाई नू पहला मोटिव रख के जाओ ताकि सही जानकारी थोड़े तक पहुँच सके तो थोड़ा फ्यूचर जिहड़ा वह प्रॉपरली ब्राइट हो सके। बट ये अमल तुसी करना है कोई इस दोनों कंट्री जी असं गल कर रहे दोनों कंट्रीज इटली या पोलैंड लैके भी मन में कोई सवाल है कोई डाउट है कोई कन्फ्यूजन है तो डायरैक्ट भी इन्हों तक भी रबता कायम किया जा सकता है। फोन कॉल जरिए उन्होंने पूछ सकते हो या ऑफिस विजिट करके भी जानकारी साझी की जा सकती है। इस तो अलावा जो यूरोप जिहड़ा यूरोप यूनियन का हिस्सा कही है काफ़ी लंबे समय तो चलता आ रहा है भी यह शैनीगंध में आ रहा है कंट्री साइप्रस वो बहुत हाईलाइट हो रहा पर पिछले कुछ समय के चेंजिज दियाँ खबर भी होनिया शुरू हुई भी इंटरव्यूज होनिया शुरू हो या स्ट्रिक्ट हो रहा है की कहना उदे बारे की प्रेजेंट सिनेरियो है साइप्रस दा। हाँ जी बिल्कुल जरूर स्ट्रिक्ट हो सकता आने वाले टाइम च पर अगर मैं हुंदे गल कर रही हां ते इस समय सॉफ्ट रूल्स ने साइप्रस दे विच 99% वीजा दे चांसेस हैगे ने ते बच्चे दा जिहड़ा प्रोफाइल है प्लस टू पास बच्चा होना चाहिए है ते जिहड़े फंड्स हैगे ने 7 to 8 lakh फंड शो करने पैणगे प्लस इहदे विच की है कि जिहड़ा तुहाडा वीजा हैगा कॉलेज वल्लों आएगा ते स्टूडेंट नूं कितना इहदा जिहड़ा कि अगर बच्चे दा जिहड़े डॉक्यूमेंटेशन हैगे ने अगर वो जेन्युइन हैगे ने जो भी अगर वो पढ़ना चाहता है अगे तो कितने भी कोई गैप जो है वो 3 to 4 साल का एक्सेप्टेबल है तो इन डॉक्यूमेंटेशन के नाल जिहड़ा बच्चा साइप्रस दे विच वीजा लै सकदा है। कंट्री की अगर असं गल करते हैं सर साइप्रस कंट्री होगी चाहे सिंगापुर कंट्री होगी है मेरे जो कुछ एप्लीकेंट स्टूडेंट थे जिन्हों के वीजाज लगे थे जो कि 3 या 4 साल पहला गए थे तो उन्होंने बच्चों हूँ भी कई बार कॉन्टैक्ट होंगे तो कुछ स्टूडेंट्स है जो कि अगे होर कंट्रीज निकल चुके हैं तो कितने जो एप्लीकेंट है उन्होंने को अपॉर्चुनिटीज होंगे ने पर उन्होंने ग्रैप करना पैंता थोड़ा कितना तक मेहनत करनी पैंती है। तुम जो एक मैं अगर साइप्रस की गल करती हूँ साइप्रस मान लो होटल लाइन कोर्स में जा रहे हो तो उसे स्टडी कर रहे हो ट्रेनिंग होंगे हो ट्रेनिंग दौरान अगर थोड़ी परफॉर्मेंस बहुत वधिया होंदी है तुसी स्टडी भी ग्रेड्स भी वधिया ला रहे हो तुसी अगर जिहड़े होर कंट्रीज हैगियां ने ओह तुहानू हायर कर सकदियां ने अपने होटल्स दे विच एमएनसी कंपनीज हायर कर सकदियां ने मतलब तुसी उस कंट्रीज तो अगे भी जा सकदे हो मतलब स्कोप रहिंदा है स्कोप रहिंदा उहनां कंट्रीज विच रह के भी तुसी एक वधिया एमएनसी कंपनी विच जॉब कर सकदे हो। गल उत्थे घूम के आंदी कि कैपेबिलिटी होना बहुत जरूरी है। कुछ एप्लीकेंट सीगे जिहड़े कि साइप्रस गए सी जिन्हां दी प्लस टू जिहड़ी पंजाब बोर्ड तो सीगी परसेंटेज अगर असीं गल करदे हां ते उस वीजा भी मिले एप्लीकेंट्स नूं परसेंटेज 40-41% विच पास सीगे बच्चे पर अगर हुण दी गल करदे हां उहनां नाल फोन ते गल करदे तां एवें लगदा कि इस टाइम उह 7 बैंड या 6.5 बैंड्स लै सकदे ने एनी इंप्रूवमेंट हो चुकी है स्टूडेंट्स दे विच ते सोसाइटी दा एटमोसफेयर दा फर्क पैंदा बिल्कुल बिल्कुल ते इह चीज़ है कि तुसीं अगर करना चाहुंदे हो तां एज़ अ टाइम विच कुछ भी इंपॉसिबल नहीं है सब कुछ पॉसिबल है। तुसीं अगर उत्थे जाके स्टडी विच ध्यान दिंदे हो उत्थे अगर जो भी तुहाडी क्लासिज हैगियां उहनां नूं लांदे हो ते अग्गे जिहड़े वर्कआर्स हैं जिहड़े लीगली दित्ते हैं उहनां नूं करते हो रूल रेगुलेशंस नूं फॉलो करते हो ते सिंगापुर या साइप्रस कंट्री कोई भी कंट्री हो तुसी हर कंट्री भी सेट हो जी बिल्कुल कुछ भी इंपॉसिबल नहीं है क्योंकि इंपॉसिबल वर्ड अपने आप च जे उहनूं अलग करके पढ़िए तो आई एम पॉसिबल कहिंदा हो सो सोच ते डिपेंड करेगा थोड़ी तुसी किस सोच नाल उस चीज़ नूं लै रहे हो। बहुत ज़्यादा स्कोप है स्टूडेंट्स लई ए नहीं है भी एक कंट्री ने जे स्ट्रिक्टनेस कीती है तो बाकी भी कर देणगियां उस स्कोप नूं जानदे होए अपनी ऑपरचुनिटीज नूं देखदे होए अपनी ऑप्शनस नूं देखदे होए तुसीं उहदे तां अपना डिसीजन लैणा। अज्ज दे शो दे विच कोशिश कर रहे हैं कैनेडा पोलैंड इटली साइप्रस या सिंगापुर जिहड़े भी बच्चे जाना चाहुंदे ने उहनां लई जानकारी थोड़े तक पहुँचाइए पर फिर भी मन दे विच कोई डाउट कोई कन्फ्यूजन रह जाए तो डायरैक्ट भी तुसीं प्लैनेट तक जसलीन दी टीम तक रबता कायम कर सकते हो। समा ऑलमोस्ट पूरा हो चुका है बट जांदे ने जसलीन कोई मैसेज देना चाहो तो की कहना। हाँ मैं स्टूडेंट्स को यही कहांगी कि देखो जिहड़े भी एप्लीकेंट अप्लाई करना चाहते हैं जिहड़े कि बहुत दूर दूर शहरों तो है वो तो सानू जरूर ईमेल कर सकते हैं डॉक्यूमेंटेशन पर जिहड़े आ सकते हैं जिन्होंने एक माइंड बनाया हुआ है कि मैं बाहर अप्लाई करना जल्द तो जल्द वो छेती आन ते अपने फोटोकॉपीज नाल लैके आन डॉक्यूमेंटेशन की ओरिजिनल भी नाल लैके आ सकते हैं अपने पेरेंट्स जरूर नाल लैके आन ते जो भी काउंसलिंग है थोड़ा फ्री ऑफ कोस्ट दी जाएगी कोई भी अमाउंट थोड़े तो नहीं लिती जाएगी थोड़ा एक बार जरूर दसाएगा तुम कि कंट्री में जा सकते हो क्या एलिजिबिलिटी बन रही है उस तो बाद तुसी डिसाइड करना है कि तुसी अप्लाई करना है कि नहीं करना है। बहुत वधिया गल कीती इत्थे जसलीन ने तुहानू फ्री ऑफ कॉस्ट काउंसलिंग असैसमेंट करके ऑप्शनस दसियां जाणगियां डिसीजन तुसी आप लेना है कदों किवें ते किहदे वल्लों तुसी फाइल लैके बाहर जाना चाहुंदे हो। सो प्लैनेट बुल्स वल्लों कोई भी सर्विस चाहीदी इहनां दे नंबरां ते कॉल कर सकदे हो। समां नहीं अलाउ कर रहा जी डिस्कशन अगे वधाउण लई जसलीन आ शो दे विच आउण लई बहुत बहुत धन्यवाद। धन्यवाद जी धन्यवाद सारी दर्शकों का टैक्नीकल टीम का जिन्हां सदका शो थोड़े तक पहुँच रहा है। अज्ज दे शो नूं इत्थे खत्म करदे हां अपने दोस्त अमन निदेश धन्यवाद सत श्री अकाल।